उच्चा लम्मा गबरू और मुंडा नी पंजाब दा राज राज पानी पीता जीने नीचे नापता ओदा हसना भी कुड़ियों कमाल ते ओदा तकना भी कुड़ियों कमाल। जी हाँ, मैं गल करन जा रही हूँ गैवी चहल जी दी, जिहड़ी कि पंजाबी वीडियोज़ तो वध के अज पंजाबी फिल्मां दे विच बतौर हीरो आ रहे ने। तू पुत्तर भी होर लभ ले, मैं रावी नाल ब्याह करा के उसनू अपने नाल बाहर ले जावांगा ते सारी जिंदगी मैं तेनू अपना मुंह नहीं दिखाऊंगा। ਗੈਵੀ ਜੀ, ਤੁਹਾਡਾ ਸਾਡੇ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ। ਬਾਕੀ ਪ੍ਰੋਗਰਾਮ ਪੰਜਾਬੀ ਟਾਕੀਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਗੈਵੀ ਜੀ, ਸਭ ਤੋਂ ਪਹਿਲਾਂ ਸਾਨੂੰ ਤੁਸੀਂ ਆਪਣੇ ਪਿਛੋਕੜ ਬਾਰੇ ਦੱਸੋ। ਪਿਛੋਕੜ ਸੁਖੀ ਜੀ, ਮੇਰਾ ਜਨਮ ਮਾਨਸਾ ਜ਼ਿਲ੍ਹੇ ਦੇ ਵਿੱਚ ਹੋਇਆ, ਜੋ ਅੱਜ ਕੱਲ੍ਹ ਜ਼ਿਲ੍ਹਾ, ਉਸ ਟਾਈਮ ਜ਼ਿਲ੍ਹਾ ਬਠਿੰਡਾ ਸੀਗਾ। ਅਤੇ ਉਸ ਤੋਂ ਬਾਅਦ ਸੱਤਵੀਂ ਕਲਾਸ ਤੱਕ ਮੇਰੀ ਉੱਥੇ ਪੜ੍ਹਾਈ ਹੋਈ। ਉਸ ਤੋਂ ਬਾਅਦ ਅਸੀਂ ਲੋਕ ਪਟਿਆਲੇ ਸ਼ਿਫਟ ਕਰ ਗਏ ਅਤੇ ਹੁਣ 2 ਸਾਲ ਹੋ ਗਏ ਮੈਨੂੰ ਇੱਥੇ ਬੰਬੇ ਆਏ ਨੂੰ। ਬਾਕੀ ਮੇਰੀ ਉਹ ਤੋਂ ਬਾਅਦ ਸਾਰੀ ਸਟੱਡੀਜ਼ ਪਟਿਆਲੇ ਹੀ ਰਹੀ ਅਤੇ ਮੈਂ ਆਪਣੀ ਮਕੈਨੀਕਲ ਇੰਜੀਨੀਅਰਿੰਗ ਉਹ ਮੈਂ ਗੁਰਦਾਸਪੁਰ ਤੋਂ ਕੀਤੀ ਅਤੇ ਅੱਜ ਤੁਹਾਡੇ ਸਾਹਮਣੇ ਇੱਥੇ ਬੈਠਾ। ਕੋਈ ਤੁਹਾਡੀ ਜੀਵਨ ਦੀ ਕੋਈ ਮਿੱਠੀ ਯਾਦ ਹੋਵੇ ਜਿਹਨੂੰ ਤੁਸੀਂ ਅੱਜ ਵੀ ਯਾਦ ਕਰਦੇ ਹੋ, ਉਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਮਿੱਠੀ ਯਾਦ, ਖੈਰ ਯਾਦਾਂ ਤਾਂ ਬਹੁਤ ਨੇ ਬਚਪਨ ਦੀ, ਇੱਕ ਇੱਕ ਬਿਤਾਇਆ ਹੋਇਆ ਮੇਰਾ ਪਲ ਅੱਜ ਵੀ ਮੇਰੇ ਲਈ ਯਾਦ ਹੈ। ਪਰ ਸਪੈਸ਼ਲ ਕੋਈ ਤੁਸੀਂ ਉਹਨੂੰ ਮਿੱਠੀ ਕਹਿ ਲਓ ਜਾਂ, ਸਾਡਾ ਮਾਹੌਲ ਬਹੁਤ ਜ਼ਿਆਦਾ ਪੜ੍ਹਾਈ ਵਾਲਾ ਸੀਗਾ ਕਿ ਘਰ ਦੇ ਇਹ ਕਹਿੰਦੇ ਰਹਿੰਦੇ ਕਿ ਪੜ੍ਹੋ ਪੜ੍ਹੋ ਪੜ੍ਹੋ। ਮੇਰੀ ਸਿਸਟਰ ਉਹ ਜ਼ਿਆਦਾ ਹੁਸ਼ਿਆਰ ਸੀਗੀਆਂ, ਖੈਰ ਪੜ੍ਹ ਲਿਖਣ ਜਿਵੇਂ ਕਿ ਹੁੰਦੇ ਆ ਕੁੜੀਆਂ ਜ਼ਿਆਦਾ ਹੁਸ਼ਿਆਰ ਹੁੰਦੀਆਂ। ਹਾਂਜੀ, ਨਹੀਂ ਪੜ੍ਹ ਲਿਖਣ ਤਾਂ ਖੈਰ ਅਸੀਂ ਵੀ ਮਾੜੇ ਨਹੀਂ ਸੀਗੇ, ਪਰ ਇੱਦਾਂ ਸੀ ਕਿ ਉਹ ਜ਼ਿਆਦਾ ਪੜ੍ਹਦੀਆਂ ਸੀਗੀਆਂ, ਸਾਨੂੰ ਥੋੜ੍ਹਾ ਖੇਡਣ ਦਾ ਸ਼ੌਕ ਇੱਧਰ ਉੱਧਰ, ਪਰ ਹਮੇਸ਼ਾ ਡਾਂਟ ਪੈਂਦੀ ਹੁੰਦੀ ਸੀਗੀ ਅਤੇ ਘੁੰਮਣ ਫਿਰਨ ਜਿਵੇਂ ਜਾਣ ਨਹੀਂ ਸੀ ਦਿੰਦੇ। ਅਤੇ ਇੱਕ ਘਟਨਾ ਹੈਗੀ ਛੋਟੀ ਜਿਹੀ ਜਿਹੜੀ ਉਹਦੇ ਨਾਲ ਰਿਲੇਟਡ ਹੈ ਘੁੰਮਣ ਫਿਰਨ ਦੇ, ਤਾਂ ਕਰਕੇ ਮੈਨੂੰ ਯਾਦ ਅੱਜ ਵੀ। ਮੈਂ ਉਦੋਂ 7th ਸਟੈਂਡਰਡ ਦੇ ਵਿੱਚ ਸੀਗਾ ਅਤੇ ਸਾਡੇ ਇੱਕ ਉੱਥੇ ਕੰਪੀਟੀਸ਼ਨ ਸੀਗਾ ਜਨਰਲ ਨੌਲੇਜ ਦਾ, ਜੋ ਆਪਣੇ ਅਪ ਟਿਲ +2 ਲੈਵਲ ਸੀਗਾ ਅਤੇ ਪੂਰਾ ਉਹਦੀ ਸੀਗੀ ਐਂਟਰੀ ਫੀ 2 ਰੁਪਏ। ਉਸ ਟਾਈਮ ਤੁਹਾਨੂੰ ਪੋਕਿਟ ਮਨੀ ਮਿਲਦੀ ਹੁੰਦੀ ਸੀ 1 ਰੁਪਇਆ, ਜੋ ਅਸੀਂ ਪਹਿਲੇ ਖਰਚ ਲੈਂਦੇ ਹੁੰਦੇ ਸੀ, ਹੈ ਨਾ। ਅਤੇ ਉਸ ਦਿਨ ਲਾਸਟ ਡੇਟ ਸੀਗੀ ਅਤੇ ਖੈਰ ਪੜ੍ਹਨ ਲਿਖਣ ਦਾ ਤਾਂ ਸ਼ੌਕ ਤਾਂ ਬਹੁਤ ਸੀਗਾ, ਹੈ ਨਾ, ਇੱਦਾਂ ਦੀਆਂ ਚੀਜ਼ਾਂ ਦਾ। ਚਲੋ ਮੈਂ ਫਿਰ, ਸਾਡੇ ਇੱਕ ਟੀਚਰ ਸੀਗੇ, ਉਹਨਾਂ ਦਾ ਨਾਮ ਨਹੀਂ ਮੇਰੇ ਯਾਦ ਆ ਰਿਹਾ, ਮੈਥਮੈਟਿਕਸ ਦੇ, ਮੈਂ ਉਹਨਾਂ ਤੋਂ ਲਏ 2 ਰੁਪਏ। ਮੈਂ ਕਿਹਾ ਸਰ ਵੀ, ਹਾਂਜੀ, ਮੈਂ ਕਿਹਾ ਮੈਂ ਕੱਲ੍ਹ ਨੂੰ ਤੁਹਾਨੂੰ ਦੇ ਦੂੰਗਾ ਅਤੇ ਵੀ ਮੈਂ ਭਰਨਾ। ਚਲੋ ਵੀ ਖੁਸ਼ ਹੋਏ ਕਿ ਜਨਰਲ ਨੌਲੇਜ ਦਾ ਕੰਪੀਟੀਸ਼ਨ ਹੈ, ਸਾਡਾ ਬੱਚਾ ਵੀ ਇੱਕ ਜਾਊਗਾ ਹੋਰ। ਉਹਨਾਂ ਨੇ ਮੈਨੂੰ 2 ਰੁਪਏ ਦਿੱਤੇ ਜੀ ਅਤੇ ਕੰਪੀਟੀਸ਼ਨ ਦੇ ਵਿੱਚ ਮੈਂ ਹਿੱਸਾ ਲਿਆ। ਹਫ਼ਤੇ ਕੁ ਬਾਅਦ ਉਹਦਾ ਰਿਜ਼ਲਟ ਆਇਆ ਅਤੇ ਆਈ ਵਾਜ਼ ਟੂ ਰੀਅਲੀ ਵੈਰੀ ਸਰਪ੍ਰਾਈਜ਼ਡ ਕਿ ਆਈ ਵਾਜ਼ ਦਾ ਵਿਨਰ ਫੋਰ ਦੈਟ। ਅੱਛਾ, ਉਹਦੇ 7th ਕਲਾਸ ਸੀ, ਉਹ ਮੈਂ ਜਿੱਤਿਆ ਅਤੇ ਘਰ ਦੇ ਵੀ ਓਬਵੀਅਸ ਖੁਸ਼ ਹੋਏ ਕਿ ਪੜ੍ਹਾਈ ਲਿਖਾਈ 'ਚ ਚਲੋ ਮੁੰਡੇ ਨੇ ਥੋੜ੍ਹਾ ਜ਼ਿਆਦਾ ਉਹ ਕੀਤਾ। 2 ਰੁਪਏ ਵਾਪਸ ਕਰਤੇ? ਹਾਂਜੀ, ਉਹ ਤਾਂ ਕਰਤੇ ਸੀ। ਅਤੇ ਇਸ ਜਿੱਤਣ ਕਾਰਨ ਮੈਂ ਉਦੋਂ ਸਕਾਊਟਿੰਗ ਦੇ ਵਿੱਚ ਸੀਗਾ, ਉਦੋਂ ਮੈਨੂੰ ਫਸਟ ਟਾਈਮ ਪਰਮਿਸ਼ਨ ਮਿਲੀ ਘਰੋਂ ਬਾਹਰ ਘੁੰਮਣ ਫਿਰਨ ਦੀ, ਕਿਉਂਕਿ ਸਾਡਾ ਟ੍ਰਿਪ ਜਾ ਰਿਹਾ ਸੀਗਾ, ਕੈਂਪ ਲੱਗਿਆ ਸੀ ਸਾਡਾ ਸ਼ਿਮਲੇ। ਅੱਛਾ, ਮੇਰੇ ਸਾਰੇ ਫਰੈਂਡਸ ਜਾ ਰਹੇ ਸੀ ਤਾਂ ਇਹਦੇ ਕਰਕੇ ਉਹਨਾਂ ਨੇ ਮੈਨੂੰ ਜਾਣ ਦੀ ਇਜਾਜ਼ਤ ਦਿੱਤੀ, ਜਦੋਂ ਮੈਂ ਫਸਟ ਟਾਈਮ ਕਿਤੇ ਆਪਣੀਆਂ ਹੋਲੀਡੇ, ਮੇਰੇ ਲਈ ਤਾਂ ਉਹ ਘੁੰਮਣਾ ਫਿਰਨਾ ਹੋਈ ਸੀਗਾ, ਹੈ ਨਾ। ਅਤੇ ਮੈਂ ਹਫ਼ਤਾ ਕੁ ਬਾਹਰ ਸ਼ਿਮਲੇ ਬਿਤਾਇਆ ਸੀ ਅਤੇ ਉਹ ਇੱਕ ਮੇਰੀ ਫਸਟ ਯਾਦ ਹੈ, ਬਹੁਤ ਅੱਛੀ ਯਾਦ, ਮਤਲਬ ਜਿਹੜੀ ਅੱਜ ਵੀ ਯਾਦ ਹੈ। ਹਾਂਜੀ, ਹਾਂ, ਹੋਰ ਵੀ ਖੈਰ ਬਹੁਤ ਨੇ, ਪਰ ਕਿੰਨੇ ਕੁ ਦੱਸਾਂ ਯਾਰ। ਗੈਵੀ, ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੇ ਘਰ 'ਚ ਪੜ੍ਹਾਈ ਦਾ ਮਾਹੌਲ ਸੀ, ਜਿੱਦਾਂ ਤੁਹਾਡੇ ਮੰਮ ਡੈਡ ਜ਼ਿਆਦਾ ਪੜ੍ਹਾਈ 'ਚ ਵਿਸ਼ਵਾਸ ਰੱਖਦੇ ਸੀ ਕਿ ਪੜ੍ਹੋ ਪੜ੍ਹੋ, ਤੁਸੀਂ ਮਕੈਨੀਕਲ ਇੰਜੀਨੀਅਰਿੰਗ ਕੀਤੀ, ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਇਸ ਫੀਲਡ 'ਚ ਕਿੱਦਾਂ ਆ ਗਏ? ਇਸ ਫੀਲਡ ਦੇ ਵਿੱਚ ਬੜਾ ਇੱਕ ਇੰਸੀਡੈਂਟਲੀ ਇੱਕਦਮ ਹੀ ਆ ਗਿਆ, ਕਦੇ ਸੋਚਿਆ ਨਹੀਂ ਸੀਗਾ, ਕਿਉਂਕਿ ਮਾਹੌਲ ਹੀ ਨਹੀਂ ਸੀਗਾ, ਦੂਰ ਦੂਰ ਕਿਸੇ ਦਾ ਵੀ ਸਾਡੇ ਪਰਿਵਾਰ ਦੇ ਵਿੱਚ ਵਾਹ ਵਾਸਤਾ ਨਹੀਂ ਸੀਗਾ ਇਸ ਫੀਲਡ ਦੇ ਨਾਲ। ਬਸ ਕੁਛ ਫਰੈਂਡਸ ਨੇ ਕਿਹਾ, ਬਸ ਹੁਣ ਤੁਹਾਨੂੰ ਕੀ ਦੱਸਾਂ, ਆ ਗਿਆ ਇਸ ਫੀਲਡ ਦੇ ਵਿੱਚ ਕਿਸੇ, ਮਤਲਬ ਕੋਈ ਇੰਸੀਡੈਂਟ ਹੋਇਆ ਜਿਹਦੇ ਕਰਕੇ ਮੈਂ ਆਪਣਾ ਫਸਟ ਵੀਡੀਓ ਕੀਤਾ, ਲਕਲੀ ਰੱਬ ਦੀ ਮਿਹਰ ਦੇ ਨਾਲ ਬਹੁਤ ਜ਼ਿਆਦਾ ਹਿੱਟ ਹੋਇਆ, ਤਾਂ ਉਸ ਤੋਂ ਬਾਅਦ ਇਸ ਫੀਲਡ ਦੇ ਵਿੱਚ ਜ਼ਿਆਦਾ ਫਿਲਮ, ਬਟ ਸਿਨੇਮਾ ਦੇ ਵਿੱਚ ਜਾਂ ਟੀ ਵੀ ਦੇ ਵਿੱਚ ਆਉਣ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਉਹਦੇ ਵਿੱਚ ਇੱਕ ਤਾਂ ਬਿਊਟੀ ਕੰਟੈਸਟ ਜ਼ਰੂਰ ਮੈਂ ਕੀਤੇ ਸੀ ਅਤੇ ਜਿੱਤੇ ਸੀਗੇ। ਅੱਛਾ, ਯਾ, ਆਈ ਵਾਜ਼ ਮਿਸਟਰ ਪੰਜਾਬ, ਮਿਸਟਰ ਪੰਜਾਬ, ਹਾਂਜੀ, ਅਤੇ ਮਿਸਟਰ ਪਟਿਆਲਾ, ਮਿਸਟਰ ਗੁਰਦਾਸਪੁਰ, ਮਿਸਟਰ ਡ੍ਰੀਮ, ਇੱਦਾਂ
ਮੇਰੇ ਦੋਸਤਾਂ ਨੇ ਕਿਹਾ ਕਿ ਤੂੰ ਸੋਹਣਾ ਸੁਨੱਖਾ ਉੱਚਾ ਲੰਮਾ ਗੱਭਰੂ ਹੈਗਾ, ਤੂੰ ਇਸ ਫੀਲਡ 'ਚ ਟਰਾਈ ਕਰ, ਸ਼ਾਇਦ ਗੱਲ ਬਣ ਜਾਏ। ਕੁਛ ਕੁ ਗੱਲ ਬਣ ਵੀ ਗਈ ਸੀ, ਠੀਕ ਹੈ ਚਲੇ ਜਾਂਦੇ। ਵੈਸੇ ਬੇਸਿਕਲੀ ਗੱਲ ਇਹੀ ਸੀਗੀ ਕਿ ਫਰੈਂਡਸ ਨੇ ਕਿਹਾ, ਕਿਉਂਕਿ ਮੈਨੂੰ ਇੱਕੋ ਹੀ ਐਡਵਾਂਟੇਜ ਜਿਹੜੀ ਮੈਨੂੰ ਖੁਦ ਨੂੰ ਵੀ ਲੱਗਦੀ ਸੀਗੀ, ਮਾਈ ਹਾਈਟ, ਕਿ ਚਲੋ ਠੀਕ ਹੈ ਜੀ, ਰੱਬ ਦੀ ਮਿਹਰ ਨਾਲ ਹਾਈਟ ਠੀਕ ਹੈਗੀ ਆ, ਅਤੇ ਜਿਹੜੀ ਰੈਮ ਮਾਡਲਿੰਗ ਹੁੰਦੀ ਉਹਦੇ ਵਿੱਚ ਚਲੋ ਐਕਟਿੰਗ ਦਾ ਇੰਨਾ ਕੁਛ ਹੁੰਦਾ ਨਹੀਂ ਹੈਗਾ, ਤੁਹਾਡੀ ਹਾਈਟ ਅੱਛੀ ਹੋਵੇ ਤਾਂ ਤੁਸੀਂ ਹੋ ਜਾਂਦੇ। ਤਾਂ ਕਰਕੇ ਬੇਸਿਕਲੀ ਪਹਿਲਾਂ ਮੈਨੂੰ ਇੱਕ ਸ਼ੋਅ ਵੀ ਇੱਕ ਦੋ ਡੈਲੀ ਮੈਂ ਕੀਤੇ ਸੀਗੇ, ਦੈਟ ਵਾਜ਼ ਅ ਬੇਸ ਐਕਚੁਲੀ। ਪਰ ਐਕਟਿੰਗ ਦੇ ਵਿੱਚ ਜੇ ਆਉਣਾ ਜਾਂ ਕੁਛ ਪਹਿਲਾਂ ਵੀਡੀਓਜ਼ ਦੇ ਵਿੱਚ, ਵੀਡੀਓਜ਼ ਤੋਂ ਬਾਅਦ ਫਿਰ ਇੱਦਾਂ ਚੱਲਦਾ। ਅਤੇ ਜਿਹੜੀ ਤੁਹਾਨੂੰ ਫਸਟ ਮੂਵੀ ਮਿਲੀ ਸੀ, ਹਾਂਜੀ, ਉਹ ਕਿੱਦਾਂ ਮਿਲੀ ਸੀ? ਫਸਟ ਮੂਵੀ ਅਸੀਂ ਮੂਵੀ ਹੀ ਦੇਖਣ ਗਏ ਸੀਗੇ। ਅੱਛਾ। ਮੈਂ ਅਸੀਂ ਹੋਰ ਆਪਣੇ ਗੁਗਨੂ, ਆਪਣੇ ਨਵਨੀਤ, ਉਹਨਾਂ ਦੇ ਹਰਮੀਤ ਸਿੰਘ ਜੀ ਦੇ ਬੇਟੇ, ਸਿਨੇਮੇਟੋਗ੍ਰਾਫਰ, ਅਸੀਂ ਇਕੱਠੇ ਦੇਖਣ ਗਏ ਸੀਗੇ। ਅਤੇ ਉਸ ਤੋਂ ਬਾਅਦ ਉਹਨਾਂ ਨੇ ਆਈ ਸਪੋਜ਼ ਕੋਈ ਪਲੈਨਿੰਗ ਕਰ ਰਹੇ ਸੀਗੇ ਮੂਵੀ ਦੀ, ਮੈਨੂੰ ਕੁਛ ਵੀ ਨਹੀਂ ਸੀ ਪਤਾ। ਇੱਕ ਵਾਰੀ ਮਨਮੋਹਨ ਜੀ ਦਾ ਉੱਧਰੋਂ ਆਫਿਸ ਦੇ ਵਿੱਚੋਂ ਫੋਨ ਆਇਆ ਕਿ ਤੁਸੀਂ ਆ ਕੇ ਮਿਲੋ। ਫਿਰ ਮੈਂ ਉਹਨਾਂ ਦੇ ਆਫਿਸ ਗਿਆ, ਅਤੇ ਉੱਥੇ ਇੱਕ ਕਰੈਕਟਰ ਸੀਗਾ ਮੂਵੀ ਸੀਗੀ, ਯਾਰਾਂ ਨਾਲ ਬਹਾਰਾਂ, ਓਕੇ, ਅਨੁਪਮ ਖੇਰ ਜੀ, ਰਾਜ ਬੱਬਰ ਜੀ, ਕਾਫੀ ਅੱਛੀ ਮੂਵੀ ਸੀਗੀ। ਅਤੇ ਉਹਦੇ ਵਿੱਚ ਫਿਰ ਮੈਨੂੰ ਐਜ਼ ਅ ਮੇਨ ਲੀਡ ਤਾਂ ਨਹੀਂ, ਬਟ ਇਟ ਵਾਜ਼ ਅ ਵੈਰੀ ਗੁੱਡ ਕਰੈਕਟਰ। ਓਕੇ। ਤੁਸੀਂ ਦੇਖੀ ਹੋਣੀ ਜਾਂ ਦਰਸ਼ਕਾਂ ਨੇ ਸ਼ਾਇਦ ਦੇਖੀ ਹੋਵੇ, ਅਤੇ ਉਹ ਸ਼ੁਰੂਆਤ ਸੀਗੀ ਫਿਰ ਇਸ ਲਾਈਨ ਦੇ ਵਿੱਚ। ਅਤੇ ਜਦੋਂ ਤੁਸੀਂ ਫਸਟ ਮੂਵੀ ਕੀਤੀ, ਹਾਂਜੀ, ਵਧੀਆ ਲੱਗਾ ਹੋਣਾ ਇੰਨੇ ਇੰਨੇ ਵੱਡੇ ਕਲਾਕਾਰਾਂ ਨਾਲ ਕੰਮ ਕਰਨਾ? ਅਤੇ ਜਦੋਂ ਫਸਟ ਮੂਵੀ ਰਿਲੀਜ਼ ਹੋਣ ਵਾਲੀ ਸੀ, ਹਾਂਜੀ, ਤੇ ਕੁਛ ਹੁੰਦਾ ਸੀ ਕਿ ਮੈਂ ਫਸਟ ਟਾਈਮ ਆਪਣੇ ਆਪ ਨੂੰ ਪਰਦੇ ਤੇ ਦੇਖਣਾ? ਵੈਰੀ ਓਨੈਸਟ, ਇਦਾਂ ਦਾ ਨਹੀਂ, ਮੈਨੂੰ ਪਤਾ ਨਹੀਂ, ਰੱਬ ਜਾਣੇ, ਹੋਣੀ ਚਾਹੀਦੀ ਐਕਸਾਈਟਮੈਂਟ ਬੰਦੇ ਨੂੰ, ਮਤਲਬ ਤੁਹਾਨੂੰ ਕੌਨਫੀਡੈਂਸ ਸੀ ਕਿ ਵਧੀਆ ਹੋਇਆ ਹੋਊਗਾ? ਨਹੀਂ, ਐਕਚੁਅਲੀ ਕਰੈਕਟਰ ਵੀ ਕੁਛ ਇਦਾਂ ਦਾ ਸੀਗਾ, ਬਠਿੰਡੇ ਦਾ ਪੰਮੀ ਬਾਈ ਜੱਟ ਇਦਾਂ ਬਣਾਇਆ ਸੀਗਾ, ਜੋ ਕਿ ਸਾਡਾ ਥੋੜ੍ਹਾ ਜਿਹਾ ਉਹ ਸੀਗਾ, ਕਿ ਵਧੀਆ ਸੀਗਾ ਦੇਖਣਾ, ਖੈਰ ਕਿਹਨੂੰ ਨਹੀਂ ਚੰਗਾ ਲੱਗਦਾ। ਪੰਮੀ ਬਾਈ ਜੀ, ਓਏ ਤੜਕੇ ਸਿਰ ਖਾਣਾ ਆ ਗਿਆ ਪਤੰਦਰਾ, ਓਏ ਦਿਨ ਤਾਂ ਚੜ ਲੈਣ ਦਿੰਦਾ। ਲੈ 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 ਬਾਈ ਜੀ, ਬਾਹਰ ਤਾਂ ਗੋਡੇ ਗੋਡੇ ਦਿਨ ਚੜ ਗਿਆ ਜੀ। ਗਿਆ ਵੀ ਇੱਕ ਪ੍ਰੋਗਰਾਮ ਦੇਖਿਆ ਸੀ ਮੈਂ, ਫੀਅਰ ਫੈਕਟਰ, ਬਹੁਤ ਹੀ ਵਧੀਆ। ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਇੱਕ ਇੰਟਰਨੈਸ਼ਨਲ ਲੈਵਲ 'ਤੇ ਇੱਕ ਸ਼ੋਅ ਹੋਇਆ ਸੀ ਫੀਅਰ ਫੈਕਟਰ, ਉਹਦੇ ਵਿੱਚ ਗੈਵੀ ਚਹਿਲ ਜੀ ਨੇ 10 ਲੱਖ ਰੁਪੀਸ ਜਿੱਤੇ, ਐਂਡ ਇਹ ਇੱਕ ਪੰਜਾਬ ਹੋਇਆ ਨਹੀਂ ਸੀ, ਹੁੰਦਾ ਜੀ, ਹੁੰਦਾ ਮਤਲਬ ਚੱਲਦਾ ਰਹਿੰਦਾ। ਅਤੇ ਉਹਦੇ ਵਿੱਚ ਗੈਵੀ ਜੀ ਨੇ 10 ਲੱਖ ਰੁਪਏ ਜਿੱਤੇ ਅਤੇ ਆਪਣੇ ਪੰਜਾਬ ਦਾ ਨਾਮ ਉੱਥੇ ਰੌਸ਼ਨ ਕੀਤਾ। ਉਸ ਸ਼ੋਅ ਦੇ ਵਿੱਚ ਮਤਲਬ ਲਾਈਵਲੀ ਮੈਂ ਵੀ ਦੇਖਿਆ ਹੋਇਆ ਕਿ ਕੀੜੇ ਮਕੌੜੇ ਖਾਧੇ ਜਾਂਦੇ, ਕਿਹੜੇ ਕਿਹੜੇ ਸਟੰਟ ਮਿਲੇ ਸੀ ਤੁਹਾਨੂੰ, ਅਤੇ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਹੇ ਸੀ? ਤੁਹਾਨੂੰ ਪਤਾ ਹੀ ਸੀ ਕਿ ਆਹ ਕੁਛ ਕਰਨਾ ਪੈਣਾ ਜਾਂ ਮੈਨੂੰ ਆਹ ਕੀੜੇ ਮਕੌੜੇ ਖਾਣੇ ਪੈਣੇ, ਮਤਲਬ ਪ੍ਰਪੇਅਰ ਹੋ ਕੇ ਗਏ ਸੀ? ਜੀ ਬਿਲਕੁਲ, ਮੈਂ ਤੁਹਾਨੂੰ ਦੱਸਿਆ ਵੀ ਇੱਕ ਚੈਲੇਂਜ ਸੀਗਾ, ਮੈਨੂੰ ਲੱਗਦਾ ਸੀ ਵੀ ਕਿਵੇਂ ਖਾਵਾਂਗੇ, ਕਿਉਂਕਿ ਆਪਾਂ ਉਹ ਕੀੜੇ, ਬਾਕੀ ਜਿਹੜੇ ਆਪਣੇ ਜ਼ਿਆਦਾ ਤਾਂ ਮੁਰਗਾ ਅਤੇ ਬੱਕਰਾ ਹੀ ਖਾਈਦਾ, ਇੰਨੀਆਂ ਚੀਜ਼ਾਂ ਨਾਲ ਘੱਟ ਹੀ ਵਾਹ ਵਾਸਤਾ ਪੈਂਦਾ ਨੇ। ਇੱਕ ਸੀਗਾ ਕਿ ਪਤਾ ਨਹੀਂ ਕਿੱਦਾਂ ਲੱਗੂ, ਪਰ ਇੰਨਾ ਕੁ ਯਕੀਨ ਸੀਗਾ, ਕੌਨਫੀਡੈਂਸ ਸੀ ਕਿ ਚਲੋ ਜੋ ਵੀ ਆਇਆ ਸਿੱਟ ਲਾਂਗੇ ਅੰਦਰ। ਕੌਨਫੀਡੈਂਸ ਸੀ? ਹਾਂਜੀ ਹਾਂ, ਨਹੀਂ ਮੈਨੂੰ ਕੌਨਫੀਡੈਂਸ ਸੀ ਕਿ ਤੁਸੀਂ ਜਿੱਤੋਗੇ? ਯਾ, ਮੈਨੂੰ ਕੌਨਫੀਡੈਂਸ ਸੀ, ਮੈਂ ਉਹਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਜੀ ਮੈਂ ਜਿੱਤੂੰਗਾ। ਅੱਛਾ। ਅਤੇ ਬਾਕੀ ਮੇਰਾ ਜਿਹੜਾ ਇਹ ਸਟੰਟ ਸੀਗਾ, ਉਹਦੇ ਵਿੱਚ ਮੈਨੂੰ ਖਾਣ ਨੂੰ ਤਾਂ ਨਹੀਂ ਬਾਅਦ ਦੇ ਵਿੱਚ ਮਿਲਿਆ, ਪਹਿਲਾਂ ਜ਼ਰੂਰ ਅਸੀਂ ਖਾਧਾ ਸੀ ਜਦੋਂ ਉਹਨਾਂ ਨੇ ਆਡੀਸ਼ਨ ਵਗੈਰਾ ਕੀਤੇ ਸੀਗੇ, ਉਦੋਂ ਖਾਣਾ ਪਿਆ ਸੀ। ਪਤਾ ਨਹੀਂ ਬਹੁਤ ਗੰਦਾ ਜਿਹਾ ਕਾਹਦਾ ਸ਼ੇਕ ਸੀ, ਹੁਣ ਮੈਂ ਤੁਹਾਨੂੰ ਕੀ ਦੱਸਾਂ, ਉਹ ਨਾੜਾ ਨੂੜਾ ਜਿਹਾ ਪਤਾ ਨਹੀਂ ਕੀ ਕੁਛ ਉਹਨਾਂ ਨੇ ਮਿਕਸ ਕਰਕੇ, ਇਟ ਵਾਜ਼ ਸੋ ਸਟ੍ਰੈਂਕੀ ਕਿ ਯੂ ਕਾਂਟ ਈਵਨ ਹੋਲਡ ਲਾਈਕ ਦਿਸ, ਨਾ ਪੀਣਾ ਤਾਂ ਬਹੁਤ ਦੂਰ ਦੀ ਗੱਲ ਹੈ, ਸਿੱਟ ਲਿਆ, ਪੀਤਾ ਨਹੀਂ ਸਿੱਟ ਲਿਆ ਅੰਦਰ। ਅਤੇ ਜਿਹੜਾ ਮੇਰਾ ਇਹ ਸਟੰਟ ਸੀਗਾ, ਉਹਨਾਂ ਨੇ ਮੈਨੂੰ ਮੇਰਾ ਫੇਸ ਢੱਕ ਕੇ ਪੂਰਾ ਬਿੱਛੂਆਂ ਦੇ ਨਾਲ, ਮੇਰੇ ਮੂੰਹ ਦੇ ਉੱਤੇ ਬਿੱਛੂ ਸੀਗੇ, ਇੱਦਾਂ ਇੱਦਾਂ ਇਸ ਟਾਈਪ ਦਾ ਕੁਛ ਸਟੰਟ ਸੀਗਾ, ਮਜ਼ਾ ਆਇਆ ਕਰਕੇ। ਡਰ ਨੀ ਲੱਗਿਆ, ਨਵੀਂ ਚੀਜ਼ ਸੀਗੀ, ਇੱਕੋ ਕਰਨ ਦਾ ਥੋੜਾ ਜਿਹਾ ਸੀਗਾ ਵੀ ਫਸਟ ਟਾਈਮ ਏਦਾਂ ਕਦੇ ਕੁਛ ਕੀਤਾ ਨਹੀਂ ਸੀਗਾ, ਹੈ ਨਾ, ਉਦੋਂ ਥੋੜਾ ਚਾਅ ਸੀਗਾ, ਬਾਕੀ ਡਰ ਡੁਰ ਵਾਲੀ ਤਾਂ ਖੈਰ ਕੋਈ ਗੱਲ ਨਹੀਂ ਸੀ। ਅਤੇ ਜਿਹੜਾ ਦੂਸਰਾ ਤੁਹਾਡਾ ਸਟੰਟ ਸੀਗਾ ਜਿਹੜਾ ਤੁਹਾਨੂੰ ਉੱਪਰੋਂ ਲਟਕਾ ਦਿੱਤਾ ਸੀ, ਉਹ ਉਹਦੇ 'ਚ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਸੀ? ਬਿਕੋਜ਼ ਉਹਦੇ ਵਿੱਚ ਕਾਫੀ ਉਚਾਈ 'ਤੇ ਸੀ ਤੁਸੀਂ। ਹਾਂਜੀ, ਉਹਦਾ ਤਾਂ ਖੈਰ ਦੇਖੋ, ਉੱਥੇ ਪਿੰਡ ਦੇ ਵਿੱਚ ਬਥੇਰੀਆਂ ਨਹਿਰ ਦੇ ਵਿੱਚ ਛਾਲਾਂ ਮਾਰੀਆਂ ਉੱਚੀਆਂ ਉੱਚੀਆਂ, ਅਤੇ ਉਹ ਕੁਛ ਇੱਦਾਂ ਦਾ ਸੀਗਾ, ਉਹਦੇ ਵਿੱਚ ਤਾਂ ਖੈਰ ਕੋਈ ਡਰ ਡੁਰ ਵਾਲੀ ਇੰਨੀ ਗੱਲ ਨਹੀਂ ਸੀ। ਜਿਹੜਾ ਮਤਲਬ ਮੇਰੇ ਲਈ ਸੀਗਾ ਫਸਟ ਜਿਹੜਾ ਸਟੰਟ ਸੀਗਾ, ਉਹ ਰੋਪ ਕਲਾਈਮਿੰਗ ਕੁਛ ਚੜ੍ਹਨਾ ਸੀ ਉੱਦਾਂ ਦਾ, ਉਹ ਤਾਂ ਖੈਰ ਨੋਰਮਲ ਨੇ। ਜ਼ਿਆਦਾ ਜਿਹੜਾ ਸੀਗਾ ਇਹ ਸਕਾਰਪੀਓਜ਼ ਵਾਲਾ
ਵੀ ਉਹਨਾਂ ਦੇ ਵਿੱਚ ਉਹ ਚਾਬੀ ਚੱਕਣੀ ਸੀ, ਉਹ ਸੈਂਟੀਪੇਡ ਜੋ ਕੰਨ ਖਜੂਰੇ ਜੇ ਜਿਹਦੇ ਵਿੱਚ ਚਾਬੀਆਂ ਸਿੱਟੀਆਂ ਹੋਈਆਂ ਸੀ, ਇਹ ਥੋੜ੍ਹਾ ਜਿਹਾ ਸੀਗਾ। ਚਲੋ ਰੱਬ ਦੀ ਮਿਹਰ ਨਾਲ ਉਹ ਵੀ ਹੋ ਗਿਆ। ਕਿੱਦਾਂ ਮਹਿਸੂਸ ਹੋਇਆ ਸੀ? ਮਹਿਸੂਸ ਤਾਂ ਜਦੋਂ ਜਿੱਤ ਗਏ, ਜਦੋਂ ਤੁਹਾਨੂੰ ਪਤਾ ਲੱਗਾ ਮੈਂ ਜਿੱਤ ਗਿਆ, ਬਹੁਤ ਜ਼ਿਆਦਾ ਖੁਸ਼ੀ। ਸਾਨੂੰ ਤਾਂ ਖੈਰ ਦੇਖਦੇ ਖੁਸ਼ੀ ਹੋ ਰਹੀ ਸੀ ਕਿ ਹਾਂ ਸਾਡਾ ਪੰਜਾਬੀ ਕੋਈ ਬੰਦਾ ਗਿਆ, ਬਟ ਤੁਹਾਨੂੰ ਤਾਂ ਮੈਨੂੰ ਬਹੁਤ ਜ਼ਿਆਦਾ ਇੱਕ ਜਿਹੜਾ ਕਹਿੰਦੇ ਨੇ ਕਿ ਕੁਛ ਇੱਕ ਸੁਪਨੇ ਹੁੰਦੇ ਨੇ, ਜਿਵੇਂ ਮੈਨੂੰ ਐਡਵੈਂਚਰ, ਮੈਨੂੰ ਸ਼ੁਰੂ ਤੋਂ ਸ਼ੌਕ ਸੀਗਾ ਇੱਦਾਂ ਦਾ, ਅਤੇ ਮੈਨੂੰ ਇਹੋ ਜਿਹੀ ਚੀਜ਼ ਕਰਨ ਨੂੰ ਮਿਲੀ ਅਤੇ ਉਹਦੇ ਵਿੱਚ ਜਿੱਤੇ, ਤਾਂ ਓਬਵੀਅਸ ਹੈ ਇੱਕ ਖੁਸ਼ੀ ਤਾਂ ਬਹੁਤ ਜ਼ਿਆਦਾ ਸੀਗੀ, ਪਰ ਥੋੜ੍ਹਾ ਜਿਹਾ ਭਰੋਸਾ ਸੀ ਕਿ ਸ਼ਾਇਦ ਮੈਂ ਜਿੱਤ ਜੂੰਗਾ। ਰੱਬ 'ਤੇ ਜ਼ਿਆਦਾ ਰੱਬ ਦਾ। ਇੱਕ ਹੋਰ ਗੱਲ ਮੈਂ ਪੁੱਛਣੀ ਚਾਹੁੰਦੀ ਕਿ ਤੁਹਾਡਾ ਡ੍ਰੀਮ ਕੀ ਹੈ? ਕਿ ਦਿਮਾਗ ਦੇ ਵਿੱਚ ਕੁਛ ਇਹੋ ਜਿਹੀ ਚੀਜ਼ ਸੋਚੀ ਆ ਜੋ ਅੱਜ ਤੱਕ ਪੂਰੀ ਨਹੀਂ ਹੋਈ ਜਾਂ ਪੂਰੀ ਹੋ ਗਈ, ਕੁਛ ਕੋਈ ਇਹੋ ਜਿਹਾ ਡ੍ਰੀਮ ਹੈ? ਵੈਲ, ਡ੍ਰੀਮ ਤਾਂ ਜੀ ਆਪਣਾ ਤਾਂ ਕੋਈ ਖਾਸ ਨਹੀਂ, ਠੀਕ ਹੈ, ਇੱਕ ਅੱਛੇ ਇਨਸਾਨ ਬਣੀਏ, ਘਰਦਿਆਂ ਦੇ ਅੱਗੇ ਆਪਾਂ ਸੇਵਾ ਕਰ ਸਕੀਏ ਉਹਨਾਂ ਨੂੰ। ਖੈਰ, ਦੇ ਆਰ ਵੈਰੀ ਵੈਲ ਸੈਟਲਡ ਇਨ ਆਲ, ਇੱਦਾਂ ਦੀ ਕੋਈ ਗੱਲ ਨਹੀਂ, ਪਰ ਜਿਹੜੀ ਬੱਚਿਆਂ ਤੋਂ ਉਹਨਾਂ ਨੂੰ ਉਮੀਦਾਂ ਹੁੰਦੀਆਂ ਉਹਨਾਂ ਨੂੰ ਉਹ ਖੁਸ਼ੀਆਂ ਦੇ ਸਕੀਏ, ਇਹੀ ਸੁਪਨੇ ਕਿ ਸਾਰੀ ਜ਼ਿੰਦਗੀ ਉਹਨਾਂ ਦੀ ਸੇਵਾ ਕਰਦੇ ਰਹੀਏ, ਇੱਕ ਚੰਗੇ ਇਨਸਾਨ ਵਜੋਂ ਲੋਕ ਕਹਿਣ ਕਿ ਹਾਂ ਯਾਰ ਅੱਛਾ ਇਨਸਾਨ ਹੈ, ਇਹੀ ਸੁਪਨਾ। ਫੇਵਰੇਟ ਐਕਟਰ? ਫੇਵਰੇਟ ਐਕਟਰ ਨੋ ਡਾਊਟ ਆਈ ਸਪੋਜ਼ ਧਰਮਿੰਦਰ ਜੀ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ। ਐਕਟਰੈਸ? ਐਕਟਰੈਸ ਤਾਂ ਹੁਣ ਮੈਂ ਤੁਹਾਨੂੰ ਕਿਹੜੇ ਦੱਸਾਂ, ਉਦੋਂ ਦੀ ਸੀਗੀ ਮਧੂਬਾਲਾ ਪੁਰਾਣੀ ਮੂਵੀਜ਼, ਹਾਂਜੀ, ਹੁਣ ਅੱਜ ਕੱਲ੍ਹ ਦੀ ਮੂਵੀਜ਼? ਅੱਜ ਕੱਲ੍ਹ ਸਾਰੇ ਵਧੀਆ ਨੇ। ਖਾਣ ਪੀਣ 'ਚ ਕੀ ਚੰਗਾ ਲੱਗਦਾ? ਖਾਣ ਪੀਣ ਦੇ ਵਿੱਚ ਮੈਨੂੰ ਨੌਨ ਵੈਜ ਕੁਛ ਵੀ ਖਵਾ ਦਿਓ, ਕੀੜੇ ਮਕੌੜੇ ਖਵਾ ਦਿਓ, ਨਹੀਂ 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 ਉਹ ਨਹੀਂ, ਚਿਕਨ ਦੇ ਵਿੱਚ ਕੁਛ ਵੀ ਖਵਾ ਦਿਓ, ਸਾਰੇ ਪਸੰਦ ਹੈ। ਅਤੇ ਹੋਰ ਤੁਹਾਨੂੰ ਘੁੰਮਣ ਫਿਰਨ ਲਈ ਕਿਹੜੀ ਜਗ੍ਹਾ ਚੰਗੀ ਲੱਗਦੀ? ਘੁੰਮਣ ਫਿਰਨ ਦਾ ਦੇਖੋ, ਦੁਨੀਆ ਤਾਂ ਸਾਰੀ ਬਹੁਤ ਹਸੀਨ ਹੈ, ਮੈਂ ਜ਼ਿਆਦਾ ਖੈਰ ਇੰਡੀਆ ਤਾਂ ਆਲਮੋਸਟ ਮੈਂ ਸਾਰਾ ਹੀ ਘੁੰਮ ਲਿਆ, ਬਾਕੀ ਜਿੱਥੇ ਵੀ ਮੌਕਾ ਮਿਲੇ ਤਾਂ ਤੁਹਾਡੇ 'ਤੇ ਹੁੰਦਾ ਕਿ ਤੁਸੀਂ ਉਸ ਜਗ੍ਹਾ 'ਤੇ ਜਾ ਕੇ ਇੰਜੋਏ ਕਰੋ, ਆਪਣਾ ਤੁਸੀਂ ਆਪਣੇ ਘਰ ਪਿੰਡ ਦੀ ਮੋਢ 'ਤੇ ਵੀ ਬਹਿ ਜਾਓ, ਉਹ ਵੀ ਇੱਕ ਬਹੁਤ ਕੀ ਤੁਸੀਂ ਫੀਲਿੰਗ ਲੈ ਕੇ ਜਾਂਦੇ ਹੋ, ਉਹ ਜ਼ਿਆਦਾ ਆਈ ਸਪੋਜ਼ ਜ਼ਰੂਰੀ ਹੁੰਦਾ। ਅਤੇ ਬਾਕੀ ਜਿੱਥੇ ਵੀ ਜਾਵਾਂ ਮੈਨੂੰ ਤਾਂ ਉਹੀ ਚੀਜ਼ ਪਸੰਦ ਹੈ, ਨਵੀਂ ਮਤਲਬ ਜਿੱਥੇ ਮੈਂ ਪਹਿਲਾਂ ਨਾ ਗਿਆ ਹੋਵਾਂ, ਕਿਉਂਕਿ ਐਡੀ ਵੱਡੀ ਦੁਨੀਆ ਆਈ ਸਪੋਜ਼ ਸਾਰੇ ਤਾਂ ਆਪਾਂ ਘੁੰਮ ਨਹੀਂ ਸਕਦੇ, ਅਤੇ ਸਾਰੀ ਦੁਨੀਆ ਹੀ ਸੋਹਣੀ ਹੈ, ਜਿੱਥੇ ਜਾਣ ਦਾ ਮੌਕਾ ਮਿਲੇ ਆਈ ਸਪੋਜ਼ ਉਹ ਸਭ ਤੋਂ ਵਧੀਆ। ਕਿਵੇਂ ਐਜ਼ ਐਨ ਐਕਟਰ ਤੁਸੀਂ ਇੱਕ ਕੋਈ ਡ੍ਰੀਮ ਰੋਲ ਹੈ ਤੁਹਾਡਾ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ? ਵੈਲ, ਇੱਦਾਂ ਦਾ ਕੁਛ ਨਹੀਂ, ਮੈਂ ਮੇਰੀ ਇਹ ਸੋਚ ਹੈਗੀ ਕਿ ਮੈਨੂੰ ਕੋਈ ਵੀ ਇੱਦਾਂ ਦਾ ਰੋਲ ਮਿਲੇ ਜਿਹਨੂੰ ਮੈਂ ਇੰਨੀ ਬਖੂਬੀ ਨਾਲ ਕਰਾਂ, ਅਤੇ ਕੱਲ੍ਹ ਨੂੰ ਤੁਸੀਂ ਮੇਰੀ ਜਗ੍ਹਾ ਕਿਸੇ ਹੋਰ ਦੀ ਇੰਟਰਵਿਊ ਕਰ ਰਹੇ ਹੋ, ਤਾਂ ਤੁਹਾਨੂੰ ਉਹ ਕਹੇ ਬੰਦਾ ਕਿ ਜਿਹੜਾ ਗੈਵੀ ਨੇ ਉਹ ਰੋਲ ਕੀਤਾ ਸੀ ਮੈਂ ਉਦਾਂ ਦਾ ਕਰਨਾ ਚਾਹੁੰਦਾ, ਉਹ ਰੋਲ ਮੇਰੇ ਲਈ ਮੇਰਾ ਡ੍ਰੀਮ ਰੋਲ ਹੋਊਗਾ। ਗੈਵੀ, ਹੁਣ ਆਪਾਂ ਗੱਲ ਕਰਦੇ ਹਾਂ ਆਪਣੀ ਮੂਵੀ ਦੀ, ਮਹਿੰਦੀ ਵਾਲੇ ਹੱਥ ਦੀ। ਹਾਂਜੀ ਹਾਂਜੀ, ਉਹਦੇ ਬਾਰੇ ਮੈਨੂੰ ਤਾਂ ਪਤਾ ਹੀ ਹੈ ਕੀ ਹੋਇਆ ਉੱਥੇ, ਤੁਸੀਂ ਦੱਸੋ ਤੁਹਾਡਾ, ਤੁਹਾਨੂੰ ਕਿੱਦਾਂ ਦਾ ਲੱਗਾ ਉਹ 'ਚ ਰੋਲ ਕਰਕੇ? ਮਹਿੰਦੀ ਵਾਲੇ ਹੱਥ ਤਾਂ ਤੁਹਾਨੂੰ ਵੀ ਹੁਣ ਖੈਰ ਪਤਾ ਹੀ ਹੈ, ਅਤੇ ਬਾਕੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਉਹ ਵਾਲਾ ਰੋਲ ਕਰਕੇ, ਕਿਉਂਕਿ ਕਾਫੀ ਅੱਛਾ ਰੋਲ ਸੀਗਾ, ਵਧੀਆ ਸ਼ੇਡ ਸੀਗੀਆਂ, ਅਤੇ ਬਾਕੀ ਫਿਲਮ ਦਾ ਜਿਵੇਂ ਸਬਜੈਕਟ ਸੀਗਾ ਇੱਕ ਵਧੀਆ ਮੈਸੇਜ ਵਾਲਾ ਸਬਜੈਕਟ ਸੀਗਾ, ਅਤੇ ਲੋਕਾਂ ਨੇ ਕਾਫੀ ਪਸੰਦ ਕੀਤਾ। ਅਤੇ ਤੁਹਾਨੂੰ ਯਾਦ ਹੈ ਜਦੋਂ ਤੁਹਾਡੇ ਵਿਆਹ ਵਾਲਾ ਸੀਨ ਸੀ ਅਤੇ ਤੁਸੀਂ ਬਿਮਾਰ ਪਏ ਸੀ? ਹਾਂਜੀ ਹਾਂ, ਅਤੇ ਉਹ ਤਾਂ ਖੈਰ ਹੁਣ ਕਈ ਗੋਠਿਆ ਨਹੀਂ ਸੀ ਜਾਂਦਾ ਪਿਆ, ਅਤੇ ਤੁਹਾਨੂੰ ਕਹਿੰਦੇ ਸੀ ਤੁਹਾਡਾ ਅੱਜ ਵਿਆਹ ਆਇਆ ਚਲੋ ਉੱਠੋ ਪੱਗ ਬੰਨੋ। ਪੱਗ ਵਾਲਾ ਤਾਂ ਉਦੋਂ ਦਾੜੀ, ਹੁਣ ਤੁਹਾਨੂੰ ਵੀ ਪਤਾ ਦਾੜੀ ਮੇਰੇ ਹੈ ਨਹੀਂ ਸੀ, ਅਤੇ ਉਹ ਕਹਿੰਦੇ ਸੀ ਵੀ ਪੱਗ ਬੰਨਣੀ ਜ਼ਰੂਰੀ ਹੈ, ਖੈਰ ਮੈਨੂੰ ਵੀ ਸ਼ੌਕ ਸੀਗਾ ਕਿ ਮੈਂ ਦੇਖੋ ਪੱਗ ਬੰਨ ਕੇ ਆਵਾਂ, ਪਰ ਮੈਨੂੰ ਉਹਦੇ ਨਾਲ ਨਾਲ ਇੱਕ ਜ਼ਿਆਦਾ ਇਹ ਸੀਗਾ ਕਿਉਂਕਿ ਫਸਟ ਟਾਈਮ ਮੈਂ ਪੱਗ ਬੰਨ ਕੇ ਸਕਰੀਨ 'ਤੇ ਆਉਣਾ ਸੀ, ਅਤੇ ਪੱਗ ਬੰਨਣ ਦਾ ਮੈਨੂੰ ਬਹੁਤ ਸ਼ੌਕ ਹੈ, ਮੈਂ ਬਹੁਤ ਦੇਰ ਬੰਨੀ ਵੀ ਹੈ, ਵਾਲ ਤਾਂ ਬਾਅਦ 'ਚ ਕਟਾਏ ਆ, ਅਤੇ ਪਰ ਮਾੜੀ ਗੱਲ ਇਹ ਹੋਈ ਕਿ ਉਦੋਂ ਦਾੜੀ ਹੈ ਨਹੀਂ ਸੀਗੀ, ਉਹ ਦੇਖਣ ਨੂੰ ਇੱਦਾਂ ਲੱਗਦਾ ਸੀ ਜਿਵੇਂ ਖੋਜੇ ਹੁੰਦੇ ਨੇ। ਬਾਕੀ ਐਲਬਮਸ ਦੀ ਤੁਸੀਂ ਗੱਲ ਕਰ ਰਹੇ ਸੀਗੇ, ਤਾਂ ਐਲਬਮ ਦੇ ਵਿੱਚ ਜਿਵੇਂ ਹੁਣ ਸਾਰਿਆਂ ਦਾ ਜ਼ਿਕਰ ਕੀਤਾ, ਤਾਂ ਉਹਦੇ ਵਿੱਚ ਗੁੱਸਾ ਨਾ ਕਰੀ, ਨਹੀਂ ਗੁੱਸਾ ਨਾ ਕਰੀ, ਤੁਹਾਡੇ ਨਾਲ ਮੇਰੀ ਪਹਿਲੀ ਐਲਬਮ ਸੀਗੀ, ਮੈਨੂੰ ਉਹ ਵੀ ਯਾਦ ਹੈ ਜਦੋਂ ਡਾਇਰੈਕਟਰ ਉਹਨਾਂ ਨੇ ਮੈਨੂੰ ਕਿਹਾ ਕਿ
ਵੀ ਕੁੜੀ ਬਹੁਤ ਵੀ ਧਿਆਨ ਨਾਲ ਕੰਮ ਕਰੀ, ਵੀ ਕੁੜੀ ਬਹੁਤ ਅੱਛੀ ਐਕਟਰੈਸ ਹੈ ਜਾਂ ਵੀ ਚੰਗੀ ਉਹ ਹੈ ਨਾ ਉੱਦਾਂ। ਮੈਂ ਕਿਹਾ ਠੀਕ ਹੈ ਜੀ। ਮੈਂ ਤਾਂ ਉਦੋਂ ਨਵਾਂ ਨਵਾਂ ਹੀ ਸੀਗਾ, ਮੇਰਾ ਦੂਜਾ ਤੀਜਾ ਇੱਕ ਗਾਣਾ ਸੀਗਾ, ਅਤੇ ਪਰ ਉਹ ਤੋਂ ਬਾਅਦ ਸ਼ਾਇਦ ਲੋਕਾਂ ਨੇ ਮੈਨੂੰ ਜ਼ਿਆਦਾ ਪਸੰਦ ਕੀਤਾ ਕੁੜੀ ਨੂੰ। ਨਹੀਂ ਨਹੀਂ ਇੱਦਾਂ ਨਹੀਂ, ਮਤਲਬ ਵਧੀਆ ਦੋਵਾਂ ਕਰਕੇ ਗਾਣਾ ਹਿੱਟ ਹੋ ਗਿਆ ਸੀ ਸਾਰੇ। ਚਲੋ ਟੀਮ ਵਰਕ ਸੀਗਾ, ਸਾਰਿਆਂ ਨੇ ਵਧੀਆ ਮਿਹਨਤ ਕੀਤੀ, ਅੱਛਾ ਗਾਣਾ ਵਧੀਆ ਚੱਲਿਆ। ਤੁਹਾਨੂੰ ਯਾਦ ਹੈ ਕਿੰਨੀ ਠੰਡ ਸੀ ਉਹ? ਹਾਂਜੀ ਉਹ ਤਾਂ ਉੱਧਰ ਖੈਰ ਗੱਲਾਂ ਬਹੁਤ ਨੇ ਗਿਆ, ਦਸੰਬਰ ਜਨਵਰੀ ਦਾ ਮਹੀਨਾ ਸੀ ਐਂਡ ਸਾਨੂੰ ਕੋਈ ਕੋਟੀ ਨਹੀਂ ਕੋਈ ਕੋਟ ਨਹੀਂ। ਤੁਹਾਡਾ ਗੋਡਾ ਵੀ ਟੁੱਟਿਆ ਸੀ ਮੇਰਾ ਗੋਡਾ, ਮੈਂ ਖਿੱਚਿਆ ਸੀਗਾ, ਫਸਟ ਸ਼ੋਅ ਸੀ ਆਪਣਾ ਨਾ, ਫਸਟ ਸ਼ੋਟ ਸੀ। ਅਤੇ ਬਾਕੀ ਪੰਜਾਬ ਦੇ ਵਿੱਚ ਵੀ ਹੁਣ ਤੁਸੀਂ ਸੀ? ਮੈਂ ਵੀ ਇਹਨਾਂ ਦੀ ਹੀਰੋਇਨ ਹਾਂ ਪੰਜਾਬ ਦੇ ਵਿੱਚ, ਜਿਹੜੀ ਇਹਨਾਂ ਦੀ ਨੈਕਸਟ ਮੂਵੀ ਆ ਰਹੀ ਪੰਜਾਬ, ਉਹਦੇ ਵਿੱਚ ਮੈਂ ਹੀਰੋਇਨ ਹਾਂ ਇਹਨਾਂ ਦੀ, ਅਤੇ ਉਹਦੇ ਵਿੱਚ ਇਹਨਾਂ ਦਾ ਵੀ ਬਹੁਤ ਥੋੜ੍ਹਾ ਰੋਲ ਹੈ ਐਂਡ ਮੇਰਾ ਵੀ ਬਹੁਤ ਥੋੜ੍ਹਾ ਰੋਲ ਹੈ। ਬਹੁਤ ਹੀ ਵਧੀਆ ਰੋਲ ਹੈ, ਆਈ ਥਿੰਕ ਪੰਜਾਬੀ ਪੰਜਾਬੀ ਫਿਲਮ 'ਚ ਉਹ ਜਿਹਾ ਰੋਲ ਅੱਜ ਤੱਕ ਕੁੜੀ ਨੇ ਕਿਸੇ ਨੇ ਕੀਤਾ ਨਹੀਂ, ਬਹੁਤ ਸੋਹਣਾ ਰੋਲ ਹੈ। ਐਂਡ ਗੁਜ਼ਾਰਿਸ਼ ਤਾਂ ਇਹੀ ਕਰੂੰਗੀ ਸਾਡੀ ਫਿਲਮ ਦੇਖਣਾ ਉਹ, ਐਂਡ ਇਹਨਾਂ ਦਾ ਵੀ ਬਹੁਤ ਸੋਹਣਾ ਰੋਲ ਹੈ। ਹਾਂਜੀ ਪੰਜਾਬ ਤਾਂ ਮੈਨੂੰ ਵੇਟ ਹੈਗੀ, ਮੈਨੂੰ ਤਾਂ ਆਉਣ ਵਾਲੇ ਦੋ ਤਿੰਨ ਮਹੀਨੇ ਤੱਕ, 2 ਮਹੀਨੇ ਤੱਕ ਰਿਲੀਜ਼ ਗੱਲ ਹੋਈ ਸੀਗੀ, ਉਹ ਕਹਿੰਦੇ ਸੀ ਵੀ ਕਰਾਂਗੇ ਰਿਲੀਜ਼। ਬਹੁਤ ਅੱਛਾ ਰੋਲ ਹੈ, ਤੁਸੀਂ ਤੁਹਾਨੂੰ ਤਾਂ ਖੈਰ ਪਤਾ ਹੈ, ਪਰ ਦਰਸ਼ਕ ਦੇਖਣਗੇ ਅਤੇ ਉਮੀਦ ਹੈ ਕਿ ਜਿਵੇਂ ਉਹਨਾਂ ਨੇ ਦੂਜੀਆਂ ਫਿਲਮਾਂ ਨੂੰ ਮਹਿੰਦੀ ਵਾਲੇ ਹੱਥ ਜਾਂ ਜਿਵੇਂ ਜਿੰਨਾ ਹੀ ਪਿਆਰ ਦਿੱਤਾ, ਇਹਨੂੰ ਵੀ ਤੁਸੀਂ ਲਾਈਕ ਕਰੋ। ਬਾਕੀ ਦਰਸ਼ਕ ਜਦੋਂ ਦੇਖਣਗੇ ਤਾਂ ਮੇਰੀ ਇਹੀ ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਜਿਵੇਂ ਉਹਨਾਂ ਨੇ ਪਹਿਲਾਂ ਦੂਜੀ ਮੂਵੀਜ਼ ਨੂੰ ਪਿਆਰ ਦਿੱਤਾ ਤਾਂ ਇਸ ਮੂਵੀ ਦੇ ਵਿੱਚ ਵੀ ਮੇਰੇ ਕੰਮ ਨੂੰ, ਜੋ ਵੀ ਉਹਨਾਂ ਨੂੰ ਚੰਗਾ ਲੱਗਿਆ ਜਾਂ ਮਾੜਾ ਲੱਗਿਆ, ਜਾਂ ਕੋਈ ਵੀ ਫਿਲਮ ਦੇ ਵਿੱਚ ਮੇਰਾ ਕੰਮ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਜਾਂ ਕੋਈ ਵੀ ਪੁਆਇੰਟ ਨਹੀਂ ਹੁੰਦਾ, ਤਾਂ ਮੇਰੀ ਰਿਕੁਐਸਟ ਹੈ ਕਿ ਪਲੀਜ਼ ਉਹ ਜ਼ਰੂਰ ਦੱਸਣ ਕਿ ਆਹ ਚੀਜ਼ ਅੱਛੀ ਲੱਗੀ ਜਾਂ ਆਹ ਚੀਜ਼ ਨਹੀਂ ਅੱਛੀ ਲੱਗੀ। ਅਤੇ ਬਾਕੀ ਮੈਂ ਤਾਂ ਇਹ ਕਹੂੰਗਾ ਕਿ ਪਸੰਦ ਹੀ ਕਰਿਓ। ਸਾਡੀ ਵੀ ਗਵੀ ਜੀ ਦੁਆ ਹੈ ਕਿ ਤੁਸੀਂ ਵੀ ਤਰੱਕੀ ਕਰੋ, ਤੁਸੀਂ ਪੰਜਾਬੀ ਫਿਲਮਾਂ ਨੂੰ ਇੱਕ ਅੱਛਾ ਮਿਆਰ 'ਤੇ ਪਹੁੰਚੇ, ਅਤੇ ਤੁਸੀਂ ਬਹੁਤ ਵਧੀਆ ਹੀਰੋ ਬਣੋ, ਬਹੁਤ ਵਧੀਆ ਐਕਟਰ ਬਣੋ। ਗਵੀ ਤੁਸੀਂ ਸਾਡੇ ਪ੍ਰੋਗਰਾਮ 'ਚ ਸ਼ਰੀਕ ਹੋਏ, ਸਾਡੇ ਚੈਨਲ ਪੰਜਾਬ ਦੇ ਦਰਸ਼ਕਾਂ ਨਾਲ ਇੰਨੀਆਂ ਗੱਲਾਂ ਸਾਂਝੀਆਂ ਕੀਤੀਆਂ, ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਾਕੀ ਦਰਸ਼ਕਾਂ ਦਾ ਵੀ ਬਹੁਤ ਬਹੁਤ ਜ਼ਿਆਦਾ ਧੰਨਵਾਦ, ਅਤੇ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ। ਦੋਸਤੋ ਅਗਲੇ ਹਫ਼ਤੇ ਫਿਰ ਮਿਲਾਂਗੇ ਇੱਕ ਨਵੀਂ ਫਿਲਮੀ ਸ਼ਖਸੀਅਤ ਦੇ ਨਾਲ, ਤਦ ਤੱਕ ਲਈ ਸੁਖੀ ਪਵਾ ਨੂੰ ਦਿਓ ਇਜਾਜ਼ਤ, ਰੱਬ ਰੱਖਾ।